ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ। ਸਕੂਲ ਦੇ ਦਫ਼ਤਰੀ ਰਿਕਾਰਡ ਨਾਲ ਹੋਈ ਛੇੜਛਾੜ, ਸੁਰੱਖਿਆ ਕਰਮੀ ਨਾਲ ਵੀ ਕੀਤੀ ਗਈ ਕੁੱਟਮਾਰ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਤਸਵੀਰ। ਖਬਰ ਮੋਗਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਰਕਾਰੀ ਸਕੂਲ ਨੂੰ ਚੋਰਾਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਚੋਰਾਂ ਦੇ ਵੱਲੋਂ ਸਕੂਲ ਦੇ ਦਫ਼ਤਰੀ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਚਾਰ ਨਕਾਬਪੋਸ਼ ਚੋਰ ਸਕੂਲ 'ਚ ਐਂਟਰ ਹੁੰਦੇ ਨੇ ਅਤੇ ਦਾਖਲ ਹੋਣ ਤੋਂ ਬਾਅਦ ਉਹ ਪਹਿਲਾਂ ਸਕੂਲ ਦੇ ਸੁਰੱਖਿਆ ਕਰਮੀ ਨੂੰ ਬੰਨ ਦਿੰਦੇ ਨੇ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਅਤੇ ਜਿਸ ਤੋਂ ਬਾਅਦ ਜੋ ਇਹ ਚੋਰ ਨੇ ਇਹ ਸਰਕਾਰੀ ਜੋ ਸਕੂਲ ਦੇ ਵਿੱਚ ਰਿਕਾਰਡ ਪਿਆ ਹੋਇਆ ਸੀ ਉਸ ਦੇ ਨਾਲ ਛੇੜਛਾੜ ਕਰਦੇ ਨੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 25,000 ਦੇ ਤਕਰੀਬਨ ਨਕਦੀ ਵੀ ਚੋਰ ਲੈ ਕੇ ਫਰਾਰ ਹੋ ਗਏ ਨੇ ਮੌਕੇ ਤੋਂ, ਔਰ ਉਹਨਾਂ ਦੇ ਵੱਲੋਂ ਜੋ ਦਫ਼ਤਰ ਦੇ ਵਿੱਚ ਸਕੂਲ ਦਾ ਰਿਕਾਰਡ ਪਿਆ ਹੋਇਆ ਸੀ ਉਸ ਦੇ ਨਾਲ ਛੇੜਛਾੜ ਕੀਤੀ ਗਈ ਹੈ। ਹਾਲਾਂਕਿ ਸੀਸੀਟੀਵੀ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਜੋ ਨੇ ਉਹ ਕੈਦ ਹੋ ਗਈਆਂ ਨੇ, ਕਿਸ ਤਰ੍ਹਾਂ ਜੋ ਚਾਰ ਵਿਅਕਤੀ ਨੇ ਉਹ ਸਕੂਲ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦਾਖਲ ਹੋਣ ਤੋਂ ਬਾਅਦ ਪਹਿਲਾਂ ਸੁਰੱਖਿਆ ਕਰਮੀ ਨੂੰ ਉਠਾਉਂਦੇ ਨੇ, ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਉਸਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਹ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ। ਤਾਂ ਜਦ ਸਵੇਰ ਹੁੰਦੀ ਹੈ ਤਾਂ ਉਦੋਂ ਸਕੂਲ ਦੇ ਅਧਿਆਪਕ ਉੱਥੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਸਕੂਲ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ, ਤਾਂ ਅੰਦਰ ਜਾ ਕੇ ਜਦ ਦੇਖਦੇ ਹੈ ਕਿ ਕਮਰੇ ਦੇ ਵਿੱਚ ਸੁਰੱਖਿਆ ਕਰਮੀ ਨੂੰ ਕੈਦ ਕੀਤਾ ਹੋਇਆ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਭਣਕ ਪੈਂਦੀ ਹੈ ਕਿ ਕੁਛ ਨਾ ਕੁਛ ਤਾਂ ਇੱਥੇ ਗੜਬੜ ਹੋਈ ਹੈ। ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਪਹੁੰਚਦੇ ਨੇ ਅਤੇ ਫਿਰ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਮਾਮਲੇ ਦਾ ਜਾਇਜ਼ਾ ਲੈਂਦੀ ਹੈ, ਅਤੇ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਸ ਹਿਸਾਬ ਨਾਲ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ ਇਸ ਸੰਬੰਧੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਸੀਸੀਟੀਵੀ ਤਸਵੀਰਾਂ ਵੀ ਦੱਸ ਰਹੀਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਦਫ਼ਤਰ ਵਿਖੇ ਦਾਖਲ ਹੋ ਕੇ ਫਾਈਲਾਂ ਦੇ ਨਾਲ ਅਤੇ ਹੋਰ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਨੂੰ 12:00 ਦਾ ਟਾਈਮ ਸੀਗਾ, ਮੈਂ ਪਿਆ ਸੀਗਾ ਮੰਜੇ 'ਤੇ, ਚਾਰ ਬੰਦੇ ਆਏ ਆ, ਚਾਰਾਂ ਨੇ ਆ ਕੇ ਮੇਰੇ ਚਾਰ ਲੋਂਧਾ ਮੰਜੇ ਦੇ ਪਾਸੇ ਖੜ ਗਏ। ਮੈਨੂੰ ਕਹਿੰਦੇ ਉੱਠ ਵੀ, ਮੈਂ ਉੱਠ ਗਿਆ, ਮੈਂ ਕੀ ਗੱਲ ਆ ਵੀ, ਕਹਿੰਦੇ ਗੱਲ ਕਿਉਂ ਜੀ, ਉਹਨਾਂ ਨੇ ਮੇਰੀਆਂ ਬਾਹਾਂ ਉੱਠਿਆ ਅਤੇ ਮੈਨੂੰ ਕਹਿੰਦੇ ਭੱਜੀ ਨਾ, ਕਹਿੰਦੇ ਉਹਨੇ ਫੜ ਕੇ ਮੇਰੀਆਂ ਬਾਹਾਂ ਬੰਨ ਲਈਆਂ, ਬਾਹਾਂ ਬੰਨ ਕੇ ਅਤੇ ਮੈਨੂੰ ਚਾ ਅੰਦਰ ਕਮਰੇ 'ਚ ਲੈ ਗਏ। ਕਮਰੇ 'ਚ ਲਿਜਾ ਕੇ ਨਾਲੇ ਮੇਰੀ ਕੁੱਟ ਮਾਰ ਕੀਤੀ ਉਹਨਾਂ ਨੇ, ਨਾਲੇ ਮੁੜ ਕੇ ਮੈਨੂੰ ਬੰਨ ਕੇ, ਪਹਿਲਾਂ ਮੇਰੀਆਂ ਬਾਹਾਂ ਬੰਨੀਆਂ, ਮੁੜ ਕੇ ਲੱਤਾਂ ਵੀ ਬੰਨ ਕੇ ਮੈਨੂੰ ਉੱਥੇ ਲੰਮਾ ਪਾ ਕੇ ਸੁੱਟ ਗਏ। ਉਦੋਂ ਬਾਅਦ ਉਹਨਾਂ ਨੇ ਸਾਰਾ ਆਪਦਾ ਜਿਹੜੇ ਕੋਈ ਚੋਰੀ ਚੱਪਾ ਕੀਤਾ ਉਹਨਾਂ ਨੇ ਬਾਤ ਕੀਤਾ, ਮੈਨੂੰ ਨਹੀਂ ਪਤਾ ਕੀ, ਮੈਨੂੰ ਨਹੀਂ ਪਤਾ ਵੀ ਮੁੜ ਕੇ ਕੀ ਕੀਤਾ, ਮੈਨੂੰ ਤਾਂ ਅੰਦਰ ਕੁੰਡਾ ਲਾ ਕੇ ਅੰਦਰ ਸੁੱਟ ਗਿਆ। ਚਾਰ ਉਹਨਾਂ ਕੋਲ ਮੇਰੇ ਚਾਰ ਰੋਲ ਜੇ ਮਾਰਿਆ ਉਹਨਾਂ ਨੇ ਫੇਰਾਂ, ਤੇ ਹੋਰ ਤਾਂ ਮੈਂ ਦੇਖਿਆ ਨੀ, ਇੱਕ ਉਹਨਾਂ ਕੋਲ ਕਰਦੀ ਜੀ ਸੀਗੀ ਬਸ, ਕਰ ਦੇਖੀ ਇਕੱਲੀ ਇੱਕ ਬੰਦੇ ਕੋਲ, ਦੋ ਕੋਲ ਰੋਲ ਸੀਗੇ। ਕੀ ਬੋਲੇ ਸੀ ਹੋਰ ਤੁਹਾਨੂੰ? ਮੈਨੂੰ ਬਸ ਉਹਨੇ ਇਹ ਬੋਲੇ ਕੁਛ ਨੀ, ਮੈਨੂੰ ਕਹਿੰਦੇ ਵੀ ਦੁਬਾਰਾ ਚੁੱਪ ਕਰਕੇ ਬਲਾਹਾਂ ਹੀ ਬੰਨ ਲਿਆ ਕਹਿੰਦੇ ਨੇ ਬਸ, ਮੈਨੂੰ ਕਹਿੰਦੇ ਜੇ ਬੜਾ ਰੌਲਾ ਪਾਇਆ ਤੇ ਹਿਸਾਬ ਲਾ ਲਾ ਤੇਰਨਾ ਪਾਓ, ਮੈਂ ਕਹਿੰਦਾ ਰੌਲਾ ਪਾਉਣਾ ਜਦੋਂ ਅੰਦਰ ਹੀ ਸੁੱਟ ਗਿਆ ਮੈਨੂੰ, ਮੈਂ ਚੁੱਪ, ਮੈਨੂੰ ਉੱਥੇ ਅੰਦਰ ਪਿਆ ਰਿਹਾ, ਮੈਨੂੰ ਤੜਕੋ ਇੰਨਾ ਨਹੀਂ ਜਾ ਕੇ ਕੱਢਿਆ ਉੱਥੇ ਅੰਦਰੋਂ, ਤੜਕ ਖੋਲਿਆ ਖਾਲਿਆ ਜਾ ਕੇ, ਤੇ ਉਹ ਪਤਾ ਨਹੀਂ ਮੁੜ ਕੇ ਜਿਹੜਾ ਕੁਛ ਕੀਤਾ ਉਹਨਾਂ ਨੇ ਕੀਤਾ ਮਗਰ ਕੇ। ਕਿੱਥੇ ਕਿੱਥੇ ਮਾਰੀਆਂ ਤੁਹਾਨੂੰ? ਮੇਰੇ ਇੱਧਰ ਹੀ ਮਾਰ ਗਿਆ ਇੱਕ ਸਾਈਡ ਹੀ ਬਸ, ਅੱਖੀ 'ਤੇ ਸੁਬਾਹ ਜਦੋਂ ਕੁਛ ਮਤਲਬ ਲੋਕਲੀ ਮੇਰੇ ਸਕੂਲ ਦੇ ਪੀਅਨ ਜਦ ਸਕੂਲ ਆਏ ਤਾਂ 7 ਵਜੇ ਸਕੂਲ ਦੇ ਵਿੱਚ ਆਏ ਤਾਂ ਜਿਹੜਾ ਮੇਨ ਗੇਟ ਆ ਉਹਦੇ ਲੌਕ ਆ ਜਿਹੜੇ ਉਹ ਬੰਦ ਸੀਗੇ,
ਜਦੋਂ ਲੋਕ ਬੰਦ ਸੀ ਉਹਨਾਂ ਨੂੰ ਐਂ ਹੋ ਗਿਆ ਵੀ ਚਲੋ ਇੱਥੇ ਥੋੜਾ ਸੱਪ ਵਗੈਰਾ ਵੀ ਫਿਰਦੇ ਰਹਿੰਦੇ ਆ ਵੀ ਕੋਈ ਇਦਾਂ ਦੀ ਕੋਈ ਹੈਪਨਿੰਗ ਨਾ ਹੋ ਗਈ ਹੋਵੇ। ਉਹ ਦੂਸਰੀ ਸਾਈਡ ਤੋਂ ਦੀ ਉਹਨਾਂ ਦੇ ਨਾਲ ਉਹਨਾਂ ਦੇ ਹਸਬੈਂਡ ਸੀਗੇ ਤਿੰਨਾਂ ਪੀਆਂ ਦੇ, ਉਹਨਾਂ ਨੇ ਆ ਕੇ ਜਦੋਂ ਅੰਦਰ ਦੇਖਿਆ ਤਾਂ ਮਤਲਬ ਜਿਹੜੇ ਦੋਨੇ ਆਫਿਸ ਆ, ਦੋਨਾਂ ਆਫਿਸਾਂ ਦੇ ਵਿੱਚ ਜਿਹੜਾ ਦਫ਼ਤਰੀ ਰਿਕਾਰਡ ਹੁੰਦਾ ਆਪਣਾ ਫਾਈਲਾਂ ਵਗੈਰਾ, ਉਹ ਸਾਰੀਆਂ ਅਲਮੀਰਾ ਦੇ ਲੋਕ ਤੋੜ ਕੇ ਉਹ ਸਾਰਾ ਖਿਲਰਿਆ ਹੋਇਆ ਸੀ। ਸਿਰਫ ਦਫ਼ਤਰੀ ਰਿਕਾਰਡ ਹਿੱਲਿਆ, ਹੋਰ ਕੁਛ ਨਹੀਂ ਸੀਗਾ। 20-25 ਹਜ਼ਾਰ ਕੈਸ਼ ਸੀਗਾ ਸਕੂਲ ਦਾ, ਇੱਕ ਉਹ ਕੈਸ਼ ਲੈ ਗਏ ਆ। ਬਾਕੀ ਮਿਡਡੇ ਮੀਲ ਵਾਲਾ ਰੂਮ ਆ, ਥੋੜੀ ਦੂਰੀ ਤੇ ਆ, ਮਿਡਡੇ ਮੀਲ ਦੇ ਵਿੱਚ ਵੀ ਇੱਕ ਅਲਮੀਰਾ ਹੈਗੀ ਆ, ਉਹਦੇ ਵਿੱਚ ਮਤਲਬ ਰਾਸ਼ਨ ਪਿਆ ਹੁੰਦਾ, ਉਹ ਜਿਹੜਾ ਰਾਸ਼ਨ ਆ ਉਹ ਵੀ ਸਾਰਾ ਖਿਲਾਰਿਆ ਹੋਇਆ ਵਾ। ਮੈਨੂੰ ਨਾ 7:30 ਵਜੇ ਸਕੂਲ ਦੇ ਵਿੱਚੋਂ ਹੀ ਕਾਲ ਗਈ ਆ, ਆਂਟੀ ਦੇ ਹਸਬੈਂਡ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਆ, ਕਿਉਂਕਿ ਮੇਰਾ ਪਿੰਡ ਬੋਡੇ ਆ, ਮੈਂ ਲੋਕਲ ਨਹੀਂ ਹੈਗੀ। ਤੇ ਜਦੋਂ ਮੈਨੂੰ ਕਾਲ ਗਈ ਆ, ਮੈਂ 7:30 ਦੇ ਕਰੀਬ ਇੱਥੇ ਆ ਗਈ ਆ, ਉਦੋਂ ਮਤਲਬ ਜਿਹੜੇ ਪਿੰਡ ਦੇ ਸੀਗੇ ਬੰਦੇ ਸੀਗੇ ਉਹਨਾਂ ਨੇ ਮੰਜੇ ਦੇ ਉੱਪਰ ਉਹਨਾਂ ਨੂੰ ਛਿੰਦਰਪਾਲ ਸਿੰਘ ਨੂੰ ਪਾਇਆ ਹੋਇਆ ਸੀਗਾ। ਮੈਂ ਆ ਕੇ ਆਪਦੀ ਪ੍ਰੈਜੈਂਟ ਦੇ ਵਿੱਚ ਹੀ ਮੈਂ ਸਕੂਲ ਦੇ ਇੱਕ ਮੁਲਾਜ਼ਮ ਆ ਬਲਜਿੰਦਰ ਸਿੰਘ, ਉਹਨਾਂ ਦੀ ਮੈਂ ਕਾਰ ਮੰਗਵਾ ਕੇ ਮੈਂ ਸਕੂਲ ਉਹਨਾਂ ਦੀ ਕਾਰ ਦੇ ਵਿੱਚ ਹੀ ਉਹਨਾਂ ਨੂੰ ਹੋਸਪਿਟਲ ਆ ਜਿਹੜਾ ਐਡਮਿਟ ਕਰਵਾਇਆ। ਇਸ ਟਾਈਮ ਵੀ ਮੇਰੇ ਸਕੂਲ ਦੇ ਜਿਹੜੇ ਸਟਾਫ ਮੈਂਬਰ ਆ ਉਹਨਾਂ ਦੇ ਕੋਲ ਹੋਸਪਿਟਲ ਦੇ ਵਿੱਚ ਨੇ। ਹਾਂਜੀ, ਜਦੋਂ ਮੈਂ ਆਈ ਆ ਹਾਲਾਤ ਥੋੜੇ ਤੁਹਾਨੂੰ ਪਤਾ ਹੀ ਆ, ਜਦੋਂ ਹਨਾ ਚੋਰੀ ਹੋਈ ਹੋਵੇ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਸੀਗੇ, ਤੇ ਮਤਲਬ ਇਦਾਂ ਹੀ ਕਹਿ ਰਹੇ ਸੀਗੇ ਵੀ ਇਹਨਾਂ ਦੇ ਜਿਆਦਾ ਸੱਟ ਨਹੀਂ, ਜੇ ਆ ਵੋ ਆ, ਮਤਲਬ ਜੋ ਵੀ ਸੀਗਾ, ਠੀਕ ਹੈ ਨਾ। ਚਲੋ ਅਸੀਂ ਆਪਦੀ ਰਿਸਪੋਂਸੀਬਿਲਟੀ ਨਿਭਾਈ ਕੇ ਅਸੀਂ ਉਹਨਾਂ ਨੂੰ ਹੋਸਪਿਟਲ ਐਡਮਿਟ ਕਰਵਾਇਆ ਤੇ ਪੁਲਿਸ ਨੂੰ ਕਾਲ ਕੀਤੀ, ਤੇ ਥੋੜੇ ਟਾਈਮ ਦੇ ਵਿੱਚ ਹੀ ਪੁਲਿਸ ਵਾਲਿਆਂ ਦੀ ਕਾਲ ਆਈ ਆ ਕਿ ਉਹ ਮੌਕਾ ਦੇਖਣ ਆ ਰਹੇ ਆ। ਔਰ ਜੋ ਸਾਡੀ SMC ਕਮੇਟੀ ਦੇ ਮੈਂਬਰ ਆ, ਚੇਅਰਮੈਨ ਆ, ਉਪ ਚੇਅਰਮੈਨ ਆ, ਸਾਰੇ ਇਸ ਟਾਈਮ ਸਕੂਲ ਦੇ ਵਿੱਚ ਹਾਜ਼ਰ ਨੇ। ਹਾਂਜੀ, ਮੈਂ ਮੰਗ ਇਹੀ ਕਰਦੀ ਹਾਂ ਕਿ ਸਿਰਫ ਦਫ਼ਤਰੀ ਰਿਕਾਰਡ ਹੀ ਕਿਉਂ ਹਿੱਲਿਆ, ਦਫ਼ਤਰੀ ਰਿਕਾਰਡ ਨਾਲ ਕਿਸੇ ਨੂੰ ਕੀ ਮਤਲਬ ਸੀਗਾ? ਇਹਦੀ ਜਾਂਚ ਹੋਣੀ ਜ਼ਰੂਰੀ ਆ ਜੀ। ਅੱਜ ਸਾਡੇ ਸਕੂਲ ਦਾ ਰਿਕਾਰਡ ਹਿੱਲਿਆ, ਕੱਲ ਨੂੰ ਕਿਸੇ ਹੋਰ ਸਕੂਲ ਦਾ ਰਿਕਾਰਡ ਹਿੱਲ ਸਕਦਾ ਵਾ, ਠੀਕ ਹੈ ਨਾ। ਦਫ਼ਤਰੀ ਰਿਕਾਰਡ ਦੇ ਤਾਂ ਮਤਲਬ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਇਹ ਹੁੰਦਾ ਇਹ ਸਕੂਲ ਦਾ ਹੀ ਹੁੰਦਾ ਵਾ, ਇਹਦੇ ਵਿੱਚ ਬਾਹਰਲੇ ਬੰਦੇ ਦੀ ਕੋਈ ਸਾਜ਼ਿਸ਼ ਹੀ ਲੱਗ ਰਹੀ ਆ ਮੈਨੂੰ। ਨਹੀਂ ਕੱਲਾ ਦਫ਼ਤਰੀ ਰਿਕਾਰਡ ਹੀ ਕਿਉਂ ਜਾਣਾ ਸੀ, ਦੂਸਰੀ ਕਿਉਂ ਨਹੀਂ ਚੋਰੀ ਹੋਈ? ਸਕੂਲ ਦੇ ਵਿੱਚ ਚੌਲ ਵੀ ਪਏ ਆ, ਕਣਕ ਵੀ ਪਏ ਆ, ਮਿਡਡੇ ਮੀਲ ਦਾ ਰਾਸ਼ਨ ਪਿਆ, ਉਹ ਕਿਉਂ ਨਹੀਂ ਚੋਰੀ ਹੋਇਆ? ਨਹੀਂ, ਸਾਨੂੰ ਤਾਂ ਮੰਨ ਲਓ ਜਦੋਂ ਫੋਨ ਗਿਆ ਥਾਣੇ, ਮੈਂ ਸਮੇਤ ਪੁਲਿਸ ਪਾਰਟੀ ਉਦੋਂ ਹੀ ਮੌਕੇ ਤੇ ਪਹੁੰਚ ਗਿਆ। ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ, ਕੈਮਰੇ ਵਗੈਰਾ ਜਾਨੀ ਖੰਗਾਲਾਂਗੇ ਸਾਰੇ, ਮਤਲਬ ਕਿੱਧਰੋਂ ਆਏ, ਕਿੱਧਰ ਨੂੰ ਗਏ ਉਹ। ਇੱਥੇ ਤਾਂ ਕੈਮਰੇ ਦੇਖੇ ਸਕੂਲ ਦੇ, ਇਹਨਾਂ ਦੇ ਮੂੰਹ ਬੰਨੇ ਹੋਏ ਨੇ ਮੰਨ ਲਓ ਸਾਰਿਆਂ ਦੇ, ਇਸ ਤਰ੍ਹਾਂ ਕੋਈ ਬਹੁਤਾ ਪਤਾ ਨਹੀਂ ਲੱਗ ਰਿਹਾ। ਅਤੇ ਅਸੀਂ ਦੇਖਦੇ ਹਾਂ ਉਹ ਜਾਨੀ ਜਿੱਥੇ ਕੋਈ ਹੋਰ ਵੀ ਕੈਮਰੇ ਹੈਗੇ ਆ ਸੜਕਾਂ 'ਤੇ ਜਾਂ ਹੋਰ ਵੀ ਕਿੱਧਰ ਨੂੰ ਗਏ, ਮਤਲਬ ਕਿੱਧਰੋਂ ਆਏ ਉਹ, ਉਸ ਨਾਲ ਫਿਰ ਜਿਹੜੀ ਬਣਦੀ ਕਾਰਵਾਈ ਅਸੀਂ ਕਰਾਂਗੇ। ਜਿਸ ਤਰ੍ਹਾਂ CCTV ਵਾਇਰਲ ਹੋਈਆਂ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਗ੍ਰੀਨਵੇਲੀ ਸਕੂਲ ਦੇ ਵਿੱਚ ਚੋਰੀ ਹੋਈ ਹੈ, ਕੀ ਉਹੀ ਚੋਰ ਹੋ ਸਕਦੇ ਨੇ? ਹੋ ਸਕਦਾ ਜੀ, ਰਲਦੀ ਮਿਲਦੀ ਮੰਨ ਲਓ ਉਸੇ ਟਾਈਮ 9 ਵਜੇ ਉਹਨਾਂ ਕੀਤੀ ਉਹ, ਅਤੇ ਸੇਮ ਹੀ ਆ ਮੰਨ ਲਓ ਜਿਹੜਾ ਉਹਨਾਂ ਦਾ ਹੈਗਾ ਜਾਨੀ ਉਹ ਢੰਗ ਜਿਹੜਾ ਉਹਨਾਂ ਦਾ ਚੋਰੀ ਕਰਨ ਦਾ ਸੇਮ ਹੀ ਹੈ, ਹੋ ਸਕਦਾ ਵੀ ਉਹ ਬੰਦੇ ਹੋਣ ਇਹ।